ਜਿਨ੍ਹਾਂ ਅਲਮਾਰੀਆਂ ਦਾ ਅਸੀਂ ਇੰਨਾ ਜ਼ਿਆਦਾ ਖਲਾਰਾ ਪਾ ਲਿਆ, ਅੱਜ ਤੁਹਾਨੂੰ ਉਹ ਅਲਮਾਰੀਆਂ ਦਿਖਾਉਂਦੇ ਹਾਂ ਜਿਹੜੀਆਂ ਅਸੀਂ ਬਣਾਈਆਂ ਨੇ। ਸਾਦੀਆਂ ਨਹੀਂ ਕਹਿ ਸਕਦੇ, ਇਹ ਡਿਫਰੈਂਟ ਹੈ, ਇਹ ਡਿਫਰੈਂਟ ਹੈ। ਆਹ ਵੇਖੋ ਜੀ ਸਾਡੀਆਂ ਅਲਮਾਰੀਆਂ। ਚੁੱਪ ਕਰ ਜੋ, ਆਹ ਖਾਲੀ ਅਲਮੀਰਾ ਜੋਣੇ ਦੀ, ਇਸ ਕਰਕੇ ਦਿਖਾ ਦੀ ਹੈ ਹੀ ਕੁੱਪ ਕੱਪੜਾ ਨੀ, ਇੰਨੇ ਖਾਨੇ ਨੇ, ਸਮਾਨ ਹੀ ਨੀ ਆ ਰਿਹਾ ਜੋਣੇ ਦਾ ਵਿੱਚ ਪੂਰਾ। ਇਹ ਨੀ ਮੈਂ ਦੇਖਿਆ, ਮੇਰੇ ਕੱਛੇ ਵੀ ਸਜਾ ਕੇ ਰੱਖੇ ਹੋਏ ਨੇ। ਚੂਜ਼ ਕਰੇਗਾ ਜੋਣਾ, ਆਜ ਕੌਣ ਸਾ ਕੱਛਾ ਪਾਊ, ਕਿਹੜਾ ਕੱਚਾ ਚੂਜ਼ ਕਰਾਂ। ਕਮਾਲ ਹੈ ਯਾਰ ਤੁਹਾਡੀ, ਆਹ ਨੀ ਮੈਂ ਚੀਜ਼ ਨੋਟ ਕੀਤੀ, ਜਿਹੜੀ ਆਹ ਵਾਲੀ ਚੀਜ਼ ਲਾਈ ਹੈ ਨਾ, ਇਹ ਇੰਨਾ ਦਿਮਾਗ ਲਗਾਇਆ ਇਹਦੇ ਪਿੱਛੇ, ਇੰਨਾ ਦਿਮਾਗ ਲਗਾਇਆ, ਫਿਰ ਜਾ ਕੇ ਇਹ ਪੂਰੀ ਹੋਈ ਹੈ। ਕਿਉਂਕਿ ਅਸੀਂ ਸੋਚਦੇ ਸੀ ਵੀ ਕੀ ਕੀਤਾ ਜਾਵੇ ਇਹਦੇ ਵਾਸਤੇ। ਚਲੋ ਆਹ ਦਿਖਾਈ ਦਿੰਦੇ ਹਾਂ ਤੁਹਾਨੂੰ, ਆਹ ਹੈ ਕੀ ਚੀਜ਼। ਲਵਾ ਲੈ ਫਿਰ ਪੜਦੇ, ਖੁਸ਼ੀ ਹੋ ਗਈ ਅੱਜ, ਫਿਰ ਦਿਖਾ ਦਿਓ ਯਾਰ ਅਲਮਾਰੀਆਂ ਅਲਮੂਰੀਆਂ ਜਿਹੜੀਆਂ ਬਣਾਈਆਂ ਨੇ, ਹੈਨਾ। ਤੇ ਪੜਦੇ ਪਹਿਲਾਂ ਆਹ ਦਿਖਾ ਦਈਏ, ਆਹ ਵੇਖੋ ਜੀ ਪਰਦੇ ਦੋਸਤੋ, ਜਿਹੜੇ ਅਸੀਂ ਲਿਵਿੰਗ ਏਰੀਏ 'ਚ ਲਵਾਏ ਨੇ। ਪਰਦਾ ਐਕਚੁਲੀ ਘੱਟ ਨਹੀਂ ਸੀ, ਅਤੇ ਗਲਤੀ ਉਹਨਾਂ ਦੀ ਹੀ ਹੋਈ ਹੈ, ਗਲਤੀ ਉਹਨਾਂ ਦੀ ਹੀ ਹੈ। ਤੁਸੀਂ ਕਹੋਗੇ ਆਪਣੀ ਗਲਤੀ ਉੱਧਰ ਪਾ ਦੇਣਾ, ਨਹੀਂ ਐਕਚੁਲੀ ਜਿਹੜਾ ਪਰਦਿਆਂ ਦਾ ਕੈਲਕੂਲੇਸ਼ਨ ਹੁੰਦੀਆਂ ਨਾ, ਇੱਕ ਪਰਦਾ 2 ਫੁੱਟ ਕਵਰ ਕਰਦਾ, ਸਾਨੂੰ ਦੁਕਾਨ ਵਾਲਿਆਂ ਨੇ ਦੱਸਿਆ ਸੀ। ਅਤੇ ਵੀ ਅਸੀਂ ਦੱਸਿਆ ਵੀ 10 ਫੁੱਟ ਦੀ ਸਾਡੀ ਉਹ ਲੈਂਥ ਹੈ, ਉਹ ਕਹਿੰਦੇ ਇਹ 10 ਫੁੱਟ ਤੋਂ ਵੀ ਘੱਟ ਹੈ, ਕਿਉਂਕਿ ਉੱਧਰ ਏਰੀਆ ਥੋੜ੍ਹਾ ਜਿਹਾ ਬਚਿਆ ਹੋਇਆ ਕਿਰਨ, ਉਹ ਦੇਖੋ ਉੱਪਰ ਥੋੜ੍ਹਾ ਜਿਹਾ ਏਰੀਆ ਏਸੀ ਦੇ ਉੱਪਰ ਵੀ ਜਾ ਰਿਹਾ, ਕਿਉਂਕਿ ਇਹ 10 ਫੁੱਟ ਤੋਂ ਵੀ ਘੱਟ ਬਣ ਰਹੀ ਹੈ। ਅਤੇ ਉਹ ਕਹਿੰਦੇ ਸੀ ਫਿਰ ਤੁਸੀਂ 5 ਪਰਦੇ ਲਾਓ, ਅਤੇ ਜਿਹੜੀ ਅੰਦਰ ਵਾਲੀ ਇਹ ਕੰਧ ਉਹ ਹੈਗੀ ਆਪਣੀ 11 ਫੁੱਟ ਦੀ, ਉਹ ਕਹਿੰਦੇ ਉੱਥੇ 6 ਲਾ ਲਓ, ਅਸੀਂ ਉੱਥੇ 6 ਲਾ ਲਏ, ਉੱਥੇ ਤਾਂ 6 ਆ ਗਏ। ਬਟ ਇੱਥੇ ਆਹ ਦੇਖੋ, ਆਹ ਕਲਰ ਦੇ ਕਰਟਨਸ ਨੇ, ਡਾਰਕ ਪਰਦੇ ਲੱਗੇ ਹੋਏ ਸੀ ਹਨਾ, ਤੇ ਹੁਣ ਜਦੋਂ ਇੱਥੇ ਇੱਥੇ ਡਾਰਕ ਸੋਫੇ ਆ ਜਾਣੇ, ਡਾਰਕ ਤੇ ਉਹਦੇ ਨਾਲ ਲਾਈਟ ਦਾ ਕੰਬੀਨੇਸ਼ਨ ਚੱਲੇਗਾ। ਸਰਕਣਗੇ ਸਹੀ ਗੱਲ ਹੈ। ਸਭ ਤੋਂ ਪਹਿਲਾਂ ਆਹ ਜਿਹੜੀ ਸਾਡੀ ਦੀਵਾਰ ਹੈ ਨਾ, ਗ੍ਰੇ ਕਲਰ ਦੀ ਹੈ, ਜਿਵੇਂ ਉਹ ਲੱਗਿਆ ਨਾ ਗ੍ਰੇਨਾਈਟ ਲੱਗਾ ਹੁੰਦਾ ਹੈ ਨਾ, ਤੇ ਉਸੇ ਕਲਰ ਦੇ ਅਸੀਂ ਕਰਟਨਸ ਲੈ ਕੇ ਆਉਂਦੇ। ਵਾਓ ਯਾਰ ਸੋਹਣੇ ਲੱਗ ਰਹੇ ਨੇ ਨਾ ਇਹ ਗ੍ਰੇ ਕਲਰ ਦੇ। ਇਹਦੀ ਨਾ ਲੈਂਥ ਥੋੜ੍ਹੀ ਜਿਹੀ ਉੱਚੀ ਹੋ ਗਈ ਹੈ, ਫੋਲਡ ਜ਼ਿਆਦਾ ਕਰਤਾ ਉਹਨਾਂ ਨੇ, ਉਹ ਖੋਲ੍ਹ ਦਾਂਗੇ ਤਾਂ ਬਰਾਬਰ ਇੱਥੇ ਤੱਕ ਆ ਜਾਊਗੀ ਹੈ ਨਾ। ਹਾਂ ਥੋੜ੍ਹੇ ਜਿਹੇ ਨੀਵੇਂ ਕਰਨੇ ਆ, ਕਿਉਂਕਿ ਕਰਟਨ ਹਮੇਸ਼ਾ ਨੀਵਾਂ ਸੋਹਣਾ ਲੱਗਦਾ, ਉੱਚਾ ਸੋਹਣਾ ਨਹੀਂ ਲੱਗਦਾ ਹੈਗਾ। ਬਹੁਤ ਸੋਹਣਾ ਲੱਗਿਆ ਸਾਨੂੰ ਇਹ ਕਟਨ, ਇਹਦਾ ਹਲੇ ਪਾਈਪ ਚੇਂਜ ਕਰਨਾ ਹੈ, ਪਾਈਪ ਕਟਿੰਗ ਕਰਨ ਨਾਲ ਲਵਾਣੇ ਰੱਖੀ ਹੋਈ ਉਹ ਬਾਹਰ ਪਈ ਹੋਈ ਹੈ ਰੋਡ ਲਿਆ ਕੇ, ਤੇ ਜਦੋਂ ਹੁਣ ਸਟੀਲ ਦੀ ਰੋਡ ਲਵਾਵਾਂਗੇ ਉਦੋਂ ਹੀ ਆਪਾਂ ਕਟਨ ਉਤਾਰ ਕੇ ਥੱਲੇ ਖੁਲਵਾ ਲਾਂਗੇ ਹਣਾ। ਤੇ ਹੁਣ ਦਿਖਾਈ ਅਲਮਾਰੀ, ਜਿਨ੍ਹਾਂ ਅਲਮਾਰੀਆਂ ਦਾ ਅਸੀਂ ਇੰਨਾ ਜ਼ਿਆਦਾ ਖਲਾਰਾ ਪਾ ਲਿਆ ਤੇ ਅਲਮਾਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਬਿਕੋਜ਼ ਸਾਨੂੰ ਹੁਣ ਜ਼ਿਆਦਾ ਸਟੋਰੇਜ ਚਾਹੀਦੀ ਹੋਈਗੀ ਆਪਣੇ ਘਰ ਦੇ ਵਿੱਚ। ਉਹਨਾਂ ਅਲਮਾਰੀਆਂ ਤੋਂ ਕੰਮ ਵੱਧਦਾ ਗਿਆ ਤੇ ਅੱਜ ਤੁਹਾਨੂੰ ਉਹ ਅਲਮਾਰੀਆਂ ਦਿਖਾਉਂਦੇ ਹਾਂ ਜਿਹੜੀਆਂ ਅਸੀਂ ਬਣਾਈਆਂ ਨੇ। ਸਾਦੀਆਂ ਜਿਹੀਆਂ ਅਲਮਾਰੀਆਂ ਨੇ ਪਰ ਸਾਡੇ ਲਈ ਬਹੁਤ ਵਧੀਆ ਨੇ ਹਨਾ, ਪਰ ਸਾਦੀਆਂ ਨਹੀਂ ਕਹਿ ਸਕਦੇ, ਇਹ ਡਿਫਰੈਂਟ ਹੈ, ਇਹ ਡਿਫਰੈਂਟ ਹੈ। ਆ ਮਤਲਬ ਸਾਨੂੰ ਵਧੀਆ ਲੱਗਦੀਆਂ ਨੇ, ਆਈ ਹੋਪ ਕਿ ਤੁਹਾਨੂੰ ਵੀ ਪਸੰਦ ਆਈ ਆਣ ਸਾਰੀਆਂ ਆਣਗੀਆਂ ਆਣਗੀਆਂ। ਸੋਤ ਕਿਉਂ ਜਾਓ, ਉਧਰ ਜਾਓ ਆਪਣੇ ਅਲਮਾਰੀ ਵੱਲ ਜਾਓ ਤੇ ਅੱਜ ਤੁਹਾਨੂੰ ਅਲਮਾਰੀ ਦਿਖਾਉਂਦੇ ਹਾਂ। ਇੰਨੇ ਦਿਨਾਂ ਦੀ ਇੰਨੇ ਦਿਨਾਂ ਦੀਆਂ ਅਲਮਾਰੀਆਂ ਅਲਮਾਰੀਆਂ ਕਰੀ ਜਾਂਦੇ, ਅੱਜ ਦਿਖਾਉਂਦੇ ਹਾਂ ਅਲਮਾਰੀਆਂ ਜੀ ਤੁਹਾਨੂੰ। ਆਹ ਵੇਖੋ ਜੀ ਸਾਡੀਆਂ ਅਲਮਾਰੀਆਂ, ਟੈਂਟਣੇ ਉਹ ਕਿਹੜਾ ਜੋਣਾ। ਆਹ ਦੇਖੋ ਜੀ ਅਸੀਂ ਅਲਮਾਰੀ ਦੇ ਵਿੱਚ ਨਾ
ਚਾਹ ਕਰਤੀ ਹੈ ਕਿਰਨੇ। ਆ ਅਸੀਂ ਇਹ ਕੋਂਬੀਨੇਸ਼ਨ ਬਣਾਇਆ ਸੀ ਵੁੱਡ ਥੱਲੇ ਫਲੋਰਿੰਗ ਦਾ ਅਤੇ ਇਸ ਅਲਮਾਰੀ ਦਾ, ਅਤੇ ਆ ਪੂਰੀ ਉੱਪਰ ਤੱਕ ਬਣਾਤੀ ਹੈ ਨਾ ਕੰਪਲੀਟ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸੀ ਸੀ। ਅਤੇ ਇਹਦੇ ਵਿੱਚ ਸ਼ੀਸ਼ਾ ਲਾਉਣ ਦਾ ਆਈਡੀਆ ਕਿਰਨ ਨੇ ਦਿੱਤਾ। ਪਹਿਲਾਂ ਅਸੀਂ ਇਹ ਸੋਚਿਆ ਸੀ ਕਿ ਅਸੀਂ ਇੱਕ ਸਾਈਡ ਸ਼ੀਸ਼ਾ ਲਾ ਲਾਂਗੇ ਅਤੇ ਇੱਕ ਸਾਈਡ ਪੂਰਾ ਸਨਮੈਕਾ ਲਾ ਦਾਂਗੇ ਇੱਧਰ ਨੂੰ, ਹੈ ਨਾ। ਬਟ ਜੇ ਆਪਾਂ ਉੱਪਰ ਬਣਾਉਣੀ ਸੀ ਤਾਂ ਇਸ ਕਰਕੇ ਫਿਰ ਇੱਧਰ ਉੱਪਰ ਵੀ ਸਾਨੂੰ ਫਿਰ ਸਨਮੈਕਾ ਐਵੇਂ 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 ਸੀ ਸ਼ੇਪ ਦਾ ਸਨਮੈਕਾ ਲੱਗਣਾ ਸੀ। ਫਿਰ ਉਹ ਜ਼ਿਆਦਾ ਮੇਰੇ ਹਿਸਾਬ ਨਾਲ ਜਚਣੀ ਨਹੀਂ ਸੀ। ਆਹ ਦੇਖ ਲਓ ਅਲਮਾਰੀ ਇੱਦਾਂ ਕਰਕੇ ਉੱਪਰ ਬੋਕਸ ਬਣਾ ਲਏ ਅਤੇ ਮਿਰਰ ਬਣਾ ਲਏ ਅਤੇ ਹਾਲੇ ਖਲਾਰਾ ਪਾਇਆ ਹੋਇਆ ਸਲਾਈਡਰ ਅਲਮੀਰਾਜ ਨੇ ਤੋਰ, ਸ਼ੀਸ਼ਾ ਬੜਾ ਵਧੀਆ ਲੱਗ ਰਿਹਾ। ਇੱਕ ਅਸੀਂ ਚੇਂਜ ਇਹਦੇ ਵਿੱਚ ਇਹ ਕੀਤਾ, ਸਾਡਾ ਉੱਥੇ ਡਰੈਸਿੰਗ ਟੇਬਲ ਪਿਆ ਹੁੰਦਾ ਸੀ, ਅਸੀਂ ਡਰੈਸਿੰਗ ਟੇਬਲ ਇੱਥੋਂ ਕੱਢਤਾ ਕਿਉਂਕਿ ਡਰੈਸਿੰਗ ਟੇਬਲ ਦੀ ਹੁਣ ਸਾਨੂੰ ਲੋੜ ਨਹੀਂ ਹੈਗੀ, ਕਿਉਂਕਿ ਇਸ ਕਮਰੇ ਦੇ ਵਿੱਚ ਆਲਰੇਡੀ ਜੇ ਇੰਨਾ ਵੱਡਾ ਸ਼ੀਸ਼ਾ ਲਵਾ ਲਿਆ ਤਾਂ ਫਿਰ ਡਰੈਸਿੰਗ ਟੇਬਲ ਕੀ ਰੱਖਾਂਗੇ, ਠੀਕ ਹੈ ਨਾ। ਕਮਰਾ ਵੀ ਖੁੱਲ੍ਹਾ, ਉੱਧਰਲਾ ਏਰੀਆ ਵੀ ਖੁੱਲ੍ਹਾ ਹੋ ਗਿਆ ਹੁਣ, ਡਰੈਸਿੰਗ ਟੇਬਲ ਇਹਨੂੰ ਵਰਤ ਲੈਣੇ ਇੱਥੇ ਆਪਾਂ। ਆ ਇੱਕ ਸੈੱਟ ਹੀ ਲਿਆਂਦੀ ਨਵੀਂ, ਕੰਘੀ ਵਗੈਰਾ ਜੋ ਵੀ ਨੀਡਸ ਹੁੰਦੀਆਂ ਨੇ ਹਨਾ, ਥੋੜਾ ਬਹੁਤਾ ਤਿਆਰ ਹੋਣ ਲਈ ਉਹ ਆਪਾਂ ਇੱਥੇ ਰੱਖ ਦਿੱਤਾ ਵਾ ਸਮਾਨ ਇਹਦੇ ਵਿੱਚ ਹੀ। ਇਹ ਨਵਾਂ ਸੈੱਟ ਹੀ ਵਾਲਾ ਬੋਕਸ ਉੱਧਰ ਵਾਸਤੇ ਵੀ ਲਿਆਣਾ ਚਾਹੁੰਦੇ ਸੀ, ਅਸੀਂ ਜਾਣ ਕੇ ਨਹੀਂ ਲੈ ਕੇ ਆਏ, ਬਟ ਹੁਣ ਸੋਚ ਰਹੀ ਹਾਂ ਕਿ ਮੈਂ ਲੈ ਹੀ ਆਵਾਂ, ਲੈ ਹੀ ਆਓ ਕਿਉਂਕਿ ਸਪੇਸ ਹੈ ਹਾਂ, ਮਤਲਬ ਹਨਾ ਅਧੂਰਾ ਪੰਜਾ ਲੱਗਦਾ ਇਦਾਂ, ਕਿਉਂਕਿ ਜਿਹੜਾ ਉਧਰਲੀ ਸਾਈਡ ਸੋਵੇ ਮੈਂ ਚਾਹੁੰਦੀ ਉਹ ਵੀ ਕੰਫਰਟੇਬਲ ਹੀ ਹੋਵੇ ਹਨਾ, ਆਪਣੇ ਸਮਾਨ ਕਿੰਨਾ ਸੋਹਣਾ ਲਾਈਨ, ਜਿਹੜਾ ਉਧਰਲੀ ਸਾਈਡ ਸੋਵੇ ਉਹ ਵੀ ਕੰਫਰਟੇਬਲ ਹੋਵੇ। ਵਾਹ, ਨਹੀਂ ਇਹ ਮੰਮੀ ਵੀ ਕਹਿ ਰਹੇ ਸੀ ਵੀ ਉੱਧਰ ਸੈੱਟ ਹੀ ਲੈ ਆਓ, ਕਿਉਂਕਿ ਮੰਮੀ ਨੇ ਵੀ ਕਿਹਾ ਵੀ ਐਵੇਂ ਸਿੰਗਲ ਸੈੱਟ ਹੀ, ਮੈਨੂੰ ਵੀ ਹੁਣ ਲੱਗ ਰਿਹਾ ਵੀ ਸਿੰਗਲ ਨਹੀਂ ਚੱਚਣੀ। ਅਸੀਂ ਐਕਚੁਲੀ ਕੁਛ ਹੋਰ ਸੋਚਿਆ ਸੀ ਵੀ ਉੱਥੇ ਅਸੀਂ ਬੀਨ ਬੈਗ ਰੱਖਾਂਗੇ ਉੱਧਰਲਾ ਏਰੀਆ ਭਰਾਂਗੇ, ਬੀਨ ਬੈਗ ਸੀ ਜੇ ਆਪਾਂ ਸੈੱਟ ਵੀ ਰੱਖਾਂਗੇ ਨਾ ਤਾਂ ਵੀ ਬੀਨ ਬੈਗ ਜਾਂ ਉਹ ਕੋਰਨਰ ਤੇ ਬੀਨ ਬੈਗ ਆ ਜੂਗਾ ਆਪਾਂ ਲੈ ਆਉਂਦੇ ਹਾਂ ਸੈੱਟ ਲੰਘਦੇ ਟੱਪਦੇ ਨਾ, ਜੋ ਟੇਬਲ ਲੈਣ ਜਾਵਾਂਗੇ ਸੈੱਟ ਚੱਕੀ ਜਾਵਾਂਗੇ ਇੱਕ। ਅਤੇ ਦੋਸਤੋ ਆਹ ਦੇਖੋ ਅਸੀਂ ਖੜੇ ਹਾਂ, ਫਲੈਸ਼ ਲਾਈਟ ਤਾਂ ਜਗਾ ਲੈਂਦੇ ਹਾਂ, ਵਧੀਆ ਰੋਸ਼ਨੀ ਜੀ ਪੈ ਜਾਂਦੀ ਹੈ। ਆਹ ਸਾਡੀ ਅਲਮਾਰੀ, ਕਿੰਨੇ ਵੱਡੇ ਵੱਡੇ ਸ਼ੀਸ਼ੇ, ਇੱਧਰ ਤਾਂ ਨਹੀਂ ਕੁਛ ਭਰਿਆ ਹੋਇਆ, ਆ ਇੱਧਰ ਰਜਾਈਆਂ ਰਜਾਈਆਂ ਭਰ ਰੱਖੀਆਂ ਨੇ, ਥੱਲੇ ਕੰਬਲ ਕੁੰਬਲ ਚ ਪਾ ਰੱਖੇ, ਥੋੜਾ ਜਿਹਾ ਦਿਖਾ ਦਿੰਦੇ ਹਾਂ ਅੰਦਰ ਵਾਲੇ ਜਿਹੜੇ ਆਪਾਂ ਖਾਣੇ ਕਿਵੇਂ ਬਣਾਏ ਆ, ਕਿੰਨੇ ਕਿੰਨੇ ਖਾਣੇ ਬਣਾਏ ਆ, ਉਹ ਜਦੋਂ ਸਾਡੀਆਂ ਆਰਗੇਨਾਈਜ਼ ਹੋ ਜਾਣਗੀਆਂ ਨਾ ਉਦੋਂ ਤੁਹਾਨੂੰ ਇਹ ਵਿਖਾਵਾਂਗੇ। ਸਹੀ ਗੱਲ ਹੈ, ਠੀਕ ਹੈ ਨਾ, ਇੱਧਰ ਜਮਾ ਹੀ ਅਜੇ ਖਲਾਰਾ ਵਾ, ਇੱਧਰ ਕੀਤਾ ਨਹੀਂ ਆਰਗੇਨਾਈਜ਼, ਉੱਧਰ ਲਾ ਵੀ ਵਾਲੇ ਇੱਕ ਪੋਰਸ਼ਨ ਕੀਤਾ, ਉੱਧਰਲੇ ਵੀ ਇੱਕ ਪੋਰਸ਼ਨ ਮੇਰੇ ਵਾਲੇ ਥੋੜਾ ਜਿਹਾ ਹੋਇਆ, ਕਿਉਂਕਿ ਥੋੜਾ ਜਿਹਾ ਵਿਖਾ ਦਾਂਗੇ। ਆ ਜਾਓ ਉੱਧਰ ਚਲੀਏ, ਹੁਣ ਦੂਸਰੇ ਕਮਰੇ ਦੀ ਇਹ ਅਲਮਾਰੀ ਤੁਸੀਂ ਦੇਖ ਲਈ, ਹੁਣ ਤੁਹਾਨੂੰ ਦੂਜੇ ਕਮਰੇ ਦੀ ਅਲਮਾਰੀ ਦਿਖਾਉਂਦੇ ਹਾਂ ਦੋਸਤੋ। ਹਾਏ ਹੋਏ, ਇਹ ਕਮਰਾ ਹਾਲੇ ਵੈਸੇ ਇੱਕ ਚੀਜ਼ ਕਰਕੇ ਅਧੂਰਾ ਹੈ, ਕਿਉਂਕਿ ਉਹ ਤੁਹਾਨੂੰ ਬਾਅਦ 'ਚ ਦੱਸਦੇ ਹਾਂ ਇਹ ਅਧੂਰਾ ਕਿਉਂ ਹੈ। ਟੈਂ ਟਣੇ ਟਣ ਆ ਜਾਂਦੇ ਹਾਂ ਜੀ, ਸਭ ਤੋਂ ਪਹਿਲਾਂ ਜਾਂਦੇ ਜੀ ਪਰਦਿਆਂ ਵੱਲ। ਆਹ ਦੇਖੋ ਇਹ ਪਰਦੇ ਪੂਰੇ ਆ ਗਏ ਨੇ ਦੀਵਾਰ 'ਤੇ, ਮੈਂ ਲਾਈਟ ਜਗਾ ਦਿੰਦਾ ਵੱਡੀ। ਆਹ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ, ਸਾਨੂੰ ਤਾਂ ਸੋਹਣੇ ਲੱਗ ਰਹੇ ਨੇ, ਕੈਮਰੇ ਦੇ ਵਿੱਚ ਪਤਾ ਨਹੀਂ ਕਿਵੇਂ ਦੇ ਲੱਗ ਪਾ ਰਹੇ ਹੋਣਗੇ ਕਿ ਨਹੀਂ ਲੱਗ ਪਾ ਰਹੇ ਹੋਣਗੇ। ਸਾਰੇ ਪਰਦੇ ਜੁਆਇਨ ਕੀਤੇ ਹੋਏ ਨੇ ਇੱਕ ਦੂਸਰੇ ਦੇ ਨਾਲ, ਕਿਰਨ ਇਹ ਫੜ ਕੇ ਨਾ ਝਟਕੇ ਨਾਲ ਨਹੀਂ, ਬਸ ਫੜ ਕੇ ਤੁਰੋ ਜਰਾ, ਇੱਥੋਂ ਫਿਰ ਪਤਾ ਲੱਗੇਗਾ। ਤੁਸੀਂ ਝਟਕਾ ਮਾਰਦੇ ਜਿਵੇਂ ਰਿੰਗਾਂ ਵਾਲੇ ਹੁੰਦੇ ਨੇ। ਆਹ ਦੇਖੋ ਆਹ ਸੋਫਟਨੈਸ ਬੜੀ ਇਹਦੇ 'ਚ, ਜਿਵੇਂ ਮਰਜ਼ੀ ਇਕੱਠਾ ਕਰ ਲਓ ਅਤੇ ਹੁਣ ਐਵੇਂ ਹੀ ਹਾਂ ਬਸ ਥੋੜ੍ਹੇ ਥੋੜ੍ਹੇ ਉਹ ਇੱਧਰ ਖਿੱਚ ਲਓ। ਬਸ ਪੜਦੇ ਇੰਨੇ ਆਰਾਮ ਦੇ ਨਾਲ ਸੈੱਟ ਹੋ ਜਾਂਦੇ ਨੇ ਨਾ, ਐਮਟ੍ਰੈਕ ਦਾ ਇਹ ਫਾਇਦਾ। ਅਤੇ ਉੱਧਰਲੀ ਸਾਈਡ ਤੋਂ ਜਦੋਂ ਮਰਜ਼ੀ ਪੂਰਾ ਪੜਦਾ ਇੱਧਰ ਸਰਕਾ ਲਈਏ ਅਤੇ ਉੱਧਰ ਚਿੱਕ ਜੀ ਉੱਪਰ ਚੱਕਦੀ ਤਾਂ ਪੂਰਾ ਸ਼ੀਸ਼ਾ ਵਿਜ਼ੀਬਲ ਹੋ ਜਾਏਗਾ, ਹੈ ਨਾ। ਚਿੱਕ ਲਾਉਣ ਦਾ ਕਾਰਨ ਸਾਡਾ ਇਹੋ ਹੀ ਹੈ ਕਿ ਸਾਨੂੰ ਬਾਹਰ ਦੀ ਰੋਸ਼ਨੀ ਜਮਾਂ ਪਸੰਦ ਨਹੀਂ ਹੈਗੀ। ਸਹੀ ਗੱਲ ਹੈ, ਕਿਉਂਕਿ ਫਿਰ ਨਾ ਅੰਦਰ ਕਰਟਨ ਦੀ ਨਾ ਲੁੱਕ ਜਿਹੜੀ ਉਹ ਮਰਦੀ ਹੈ, ਜਿਹੜੀ ਬਾਹਰ ਦੀ ਰੋਸ਼ਨੀ ਜਦੋਂ ਇਹਦੇ 'ਤੇ ਪੈਂਦੀ ਹੈ ਨਾ, ਜਿਹੜੀ ਬੈੱਡ ਵਾਲਿਆਂ ਨੇ ਕਮੀ ਛੱਡਦੀ, ਇਹਨਾਂ ਨੇ ਪਤਾ ਨੀ ਕੀ ਕਾਲੀ ਚ ਬਣਾਇਆ, ਇਹਦੇ ਉੱਪਰ ਡਸਟ ਬਹੁਤ ਪਈ ਹੋਈ ਹੈ। ਨਹੀਂ ਹੈਗੀ, ਥੋੜੀ ਥੋੜੀ ਕਲੀਨਿੰਗ ਕਰਨੀ ਪਏਗੀ ਚੰਗੀ ਤਰ੍ਹਾਂ, ਸਾਨੂੰ ਬ੍ਰਸ਼ ਦੇ ਨਾਲ ਆਰਾਮ ਨਾਲ ਕਿਸੇ ਦਿਨ ਵਿਹਲੇ ਬੈਠ ਕੇ ਕਰਾਂਗੇ। ਅਧੂਰਾਪਨ ਕੀ ਹੈ ਇਸ ਬੈੱਡ ਦੇ ਵਿੱਚ, ਕਿਉਂਕਿ ਇਹਦਾ ਹਲੇ ਮੈਟਰਸ ਹੈ ਨੀ ਗਾ, ਡਾਰਕ
ਡਾਰਕ ਕਲਰ ਦੇ ਤਾਂ ਨਹੀਂ ਲਗਾਏ ਕਿਉਂਕਿ ਫਿਰ ਸਾਰਾ ਕਮਰਾ ਹੀ ਡਾਰਕ ਹੋ ਜਾਣਾ ਸੀ ਤੇ ਫਿਰ ਨਾ ਹਨੇਰਾ ਹਨੇਰਾ ਜਿਹਾ ਹੋ ਜਾਣਾ ਸੀ ਤਾਂ ਫਿਰ ਅਸੀਂ ਆਹ ਜਿਹੜੀ ਵਾਲ ਆ ਜਿਹੜੇ ਬੈੱਡ ਆ ਅਲਮੀਰਾ ਸਾਰਾ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਅਸੀਂ ਕਰਟਨ ਡਿਸਾਈਡ ਕੀਤੇ ਕਿਉਂਕਿ ਇਹਦੇ ਨਾਲ ਨਾ ਕਰਟਨ ਡਿਸਾਈਡ ਕਰਨਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਅਸੀਂ ਲਾਈਟ ਸ਼ੇਡ ਤਾਂ ਹੀ ਰੱਖੀ ਕਿਰਨ ਨੇ ਕਿਹਾ ਵੀ ਇਹਦੇ ਨਾਲ ਨਾ ਵੀ ਹਨੇਰਾ ਨਹੀਂ ਹੋਏਗਾ ਕਮਰੇ 'ਚ ਤੇ ਇੱਕੋ ਫੈਮਿਲੀ ਦਾ ਕਲਰ ਹੋ ਗਿਆ ਸਾਰਾ ਫੈਮਿਲੀ ਕਲਰ ਇਹ ਹੋ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਮਰਾ ਮੈਂ ਥੋੜ੍ਹਾ ਪਿੱਛੋਂ ਦਿਖਾ ਦਿੰਦਾ ਆਹ ਔਰ ਆਹ ਦੋ ਸੈਟੀਆਂ ਸੀ ਇਹਦੇ ਨਾਲ ਦੀਆਂ ਕੰਬੀਨੇਸ਼ਨ ਦੀਆਂ ਲਿਆਂਦੀਆਂ ਨੇ ਵਾਈਟ ਕਲਰ ਦੀ ਇੱਕ ਇੱਧਰ ਪਈ ਹੈ ਤੇ ਇੱਕ ਉੱਧਰ ਰੱਖ ਲੀਤੀ ਹੈ ਸੈਟੀ ਏਸੀ ਦਾ ਵੀ ਪਿਆ ਹੋਇਆ ਏਸੀ ਦਾ ਇਹਦਾ ਕੁਝ ਕੱਲ ਕੱਲ ਨੂੰ ਸਪਲਿਟ ਏਸੀ ਲੈਣਾ ਫਿਰ ਦੇਖਾਂਗੇ ਇਹ ਹੈ ਸਾਡੀ ਮੇਨ ਅਲਮੀਰਾ ਆਏ ਹਾਏ ਹਾਏ ਆਹ ਸਾਡੀ ਇਹ ਵੀ ਬੜੇ ਇਹ ਵੀ ਇਹਦੇ ਪਿੱਛੇ ਵੀ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਆਪਾਂ ਨੂੰ ਇਧਰ ਦਾ ਜਿਹੜਾ ਕਲਰ ਡਿਸਾਈਡ ਨਹੀਂ ਕਰ ਪਾਉਂਦੇ ਹੈਗੇ ਤੇ ਜਦੋਂ ਡਿਸਾਈਡ ਨਹੀਂ ਕਰ ਪਾ ਰਹੇ ਦੁਕਾਨ ਤੇ ਤੇ ਅਸੀਂ ਵੱਡੀਆਂ ਵੱਡੀਆਂ ਬੁੱਕਸ ਘਰੇ ਲੈ ਕੇ ਆਏ ਸੀ ਤੇ ਉਹ ਸ਼ਿਪੀ ਨੇ ਮੈਨੂੰ ਚੱਕਰ ਨਹੀਂ ਦਿੱਤੀ ਆਪ ਚੱਕ ਲੀਆਂ ਤੇ ਜਿਹਦੇ ਕਰਕੇ ਉਹ ਸ਼ਿਪੀ ਦੇ ਦਰਦ ਵਾਲੀ ਖਿੱਚ ਪੈ ਗਈ ਸੀ ਹਾਂ ਜਿਹੜੇ ਕਈਆਂ ਨੇ ਬੜਿਆਂ ਨੇ ਕਮੈਂਟ ਕੀਤੇ ਕਿ ਵੀਰ ਜੀ ਤੁਹਾਨੂੰ ਸਾਟਿਕਾ ਕੋਈ ਇਦਾਂ ਦਾ ਉਹ ਕਾਰਨ ਹੈ ਇਹ ਅਲਮਾਰੀ ਦੇ ਪਿੱਛੇ ਇਹ ਅਲਮਾਰੀ ਉਹ ਵੱਡੀਆਂ ਵੱਡੀਆਂ ਕਿਤਾਬਾਂ ਚੱਕ ਕੇ ਲਿਆਂਦੀਆਂ ਸੀ अलमारी देखो जी मैं वाइड एंगल कर लेना देख पा रहे हो आ बनाइए जी दोस्तों असि अलमारी आ बेड बनिया ਤੇ ਆਹ ਬੈੱਡ ਦੇ ਨਾਲ ਬਣ ਗਈ ਅਲਮਾਰੀ ਆਹ ਡਿਜ਼ਾਈਨ ਅਸੀਂ ਬੜਾ ਸੋਚ ਸਮਝ ਕੇ ਇਦਾਂ ਦਾ ਚੂਜ਼ ਕੀਤਾ ਹੈ ਵੀ ਐਵੇਂ ਅੱਧੇ ਰੇਸ਼ੇ ਇੱਧਰ ਅੱਧੇ ਐਵੇਂ ਵਾਈਟ ਕਰੀਏ ਉੱਪਰ ਤੱਕ ਹੈ ਨਾ ਤੇ ਗਲੋਸੀ ਜਾਂ ਜਿਹੜੀ ਨਾਲ ਦੀ ਕਮਰੇ ਵਾਲੀ ਸੀ ਉਹ ਮੈਟੀ ਦੇ ਵਿੱਚ ਆ ਹਾਂ ਗਲੋਸੀ ਤੇ ਮੈਟੀ ਦਾ ਕੰਬੀਨੇਸ਼ਨ ਫਿਰ ਉਧਰ ਉਧਰ ਹੋ ਗਿਆ ਨਾ ਤੇ ਆਹ ਦੋ ਇਹ ਬੈੱਡ ਇਹਦੇ ਨਾਲ ਸੈਟੀਆਂ ਚਲੋ ਹਲੇ ਤਾਂ ਗਦਾ ਆ ਜਾਏਗਾ ਫਿਰ ਹੋਰ ਸੋਹਣਾ ਲੱਗੇਗਾ ਆਹ ਅਲਮਾਰੀ ਦੋਸਤੋ ਉੱਪਰ ਵੀ ਬਹੁਤ ਸਟੋਰੇਜ ਹੈ ਥੱਲੇ ਵੀ ਬਹੁਤ ਸਟੋਰੇਜ ਹੈ ਸਲਾਈਡਰ ਨੇ ਤੇ ਇਹ ਸਲਾਈਡਰ ਦੇ ਵਿੱਚ ਸੌਫਟ ਸੌਫਟ ਕਲੋਜ਼ ਲਗਾਇਆ ਹੋਇਆ ਹੈ ਤੇ ਉੱਪਰ ਚੱਕ ਕੇ ਦਿਖਾਓ ਥੋੜਾ ਜਿਹਾ ਚੱਕ ਸਕਦੇ ਹੋ ਮੇਰੇ ਉੱਪਰ ਹੱਥ ਨਹੀਂ ਜਾਂਦਾ ਉੱਪਰ ਅਸੀਂ ਹਾਈਡ੍ਰੋਲਿਕ ਲਗਵਾਏ ਹੋਏ ਆ ਉੱਪਰ ਨੂੰ ਖੋਲ ਕੇ ਜੋ ਵੀ ਰਜਾਈਆਂ ਕੰਬਲ ਟੈਚੀ ਮਤਲਬ ਆਪਾਂ ਉੱਪਰ ਰੱਖ ਸਕਦੇ ਆ ਆਪਣੇ ਕੋਲ ਹੁਣ ਇੰਨੀ ਸਪੇਸ ਹੋ ਗਈ ਆ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਵਾਲੀ ਅਲਮੀਰਾ ਕਮਰੇ 'ਚ ਦੋ ਨਹੀਂ ਹੈ ਇਹ 5-6 ਅਲਮੀਰਾ ਦੇ ਬਰਾਬਰ ਨਹੀਂ ਹੈ ਬਿਲਕੁਲ ਜੇ ਪੈਸਾ ਲਾਇਆ ਤੇ ਉਹ ਵਰਥੇਬਲ ਹੈਗਾ ਬਿਲਕੁਲ ਬਿਲਕੁਲ ਪੈਸਾ ਲੱਗੇ ਵਰਥੇਬਲ ਪਤਾ ਕਿਉਂ ਦੋਸਤੋ ਇੰਨੀ ਜ਼ਿਆਦਾ ਸਪੇਸ ਆ ਕਿ ਉੱਪਰ ਵੀ ਇੱਕ ਕਿਸਮ ਦੀ ਉੱਪਰ ਜਿਹੜੀ ਹੈਗੀ ਉਹ ਇੱਕ ਕਿਸਮ ਦੀ ਆਪਣੇ ਆਪ ਵਿੱਚ ਅਲਮੀਰਾ ਹੈ ਕਿਉਂਕਿ ਉੱਤੇ ਬਹੁਤ ਜ਼ਿਆਦਾ ਸਟੋਰੇਜ ਹੈ ਇੱਧਰ ਬਹੁਤ ਜ਼ਿਆਦਾ ਸਟੋਰੇਜ ਹੈ ਇੱਧਰ ਬਹੁਤ ਜ਼ਿਆਦਾ ਸਟੋਰੇਜ ਹੈ ਔਰ ਕਿਰਨ ਨੇ ਇੰਨੇ ਜ਼ਿਆਦਾ ਬਾਕਸਿਸ ਦਾ ਮਤਲਬ ਡਿਜ਼ਾਈਨ ਬਣਾਇਆ ਵੀ ਮੈਨੂੰ ਆਹ ਚੀਜ਼ ਚਾਹੀਦੀ ਮੈਨੂੰ ਆਹ ਚੀਜ਼ ਆ ਉਹਨੂੰ ਧਿਆਨ ਵਿੱਚ ਰੱਖਦੇ ਅਸੀਂ ਸਪੇਸ ਬਣਵਾ ਲਈ ਤੇ ਹੁਣ ਇੱਕ ਥੋੜਾ ਜਿਹਾ ਇਧਰਲਾ ਪਾਸਾ ਸ਼ਿਪੀ ਵਾਲਾ ਸ਼ਿਪੀ ਦਾ ਵਾ ਤੇ ਇਧਰਲੀ ਸਾਈਡ ਤੋਂ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦੇਣੀ ਇਹਨੂੰ ਮੈਂ ਅੱਜ ਹੀ ਆਰਗੇਨਾਈਜ਼ ਕੀਤਾ ਥੋੜਾ ਜਿਹਾ ਜ਼ਿਆਦਾ ਨਹੀਂ ਅਜੇ ਕੀਤਾ ਹਲਕਾ ਜਿਹਾ ਕੀਤਾ ਵਾ ਮੈਂ ਇੱਥੇ ਤੱਕ ਇਧਰਲਾ ਪਾਸਾ ਆ ਇਹਦੇ ਵਿੱਚ ਅਸੀਂ ਆਪਣੀ ਰੋਡ ਉਤਰੀ ਹੋਈ ਆ ਉੱਪਰ ਟੰਗੇ ਇਹ ਟੰਗਲ ਬਾਸ ਟੰਗ ਦੇਣੀ ਕੋਈ ਗੱਲ ਨਹੀਂ ਆ ਇਹਦੇ ਚ ਤਿੰਨ ਉੱਪਰ ਮੇਰੀ ਪੱਗਾਂ ਆ ਗਈਆਂ ਸਾਰੀਆਂ ਇਧਰ ਟੀ-ਸ਼ਰਟਾਂ ਆ ਗਈਆਂ ਆ ਬਸ ਖਾਲੀ 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 ਚੁੱਪ ਕਰ ਜਾ 2 ਮਿੰਟ ਖਾਲੀ ਅਲਮੀਰਾ ਜੋਨੇ ਦੀ ਇਸ ਕਰਕੇ ਦਿਖਾ ਦੀ ਹੈ ਹੀ ਕੁੱਪ ਕੱਪੜਾ ਨਹੀਂ ਇੰਨੇ ਖਾਂਦੇ ਨੇ ਸਮਾਨ ਹੀ ਨਹੀਂ ਆ ਰਿਹਾ ਜੋਨੇ ਦਾ ਵਿੱਚ ਪੂਰਾ ਝੂਠ ਨਹੀਂ ਮਾਰਨਾ ਤੁਹਾਡੇ ਅੱਧੇ ਕੱਪੜੇ ਜਿਹੜੇ ਉਧਰ ਵਾਲੀ ਅਲਮੀਰਾ ਚ ਇਦਾਂ ਹੀ ਤੁੰਨੇ ਪਏ ਨੇ ਤੇ ਅੱਧੇ ਜਿਹੜੀ ਆਪਣੀ ਗੋਦਰੇਜ ਵਾਲੀ ਅਲਮੀਰਾ ਉਹਦੇ ਚ ਪਏ ਨੇ ਤੇ ਉਹ ਅਜੇ ਮੇਰਾ ਟਾਈਮ ਨਹੀਂ ਲੱਗਾ ਮੈਂ ਸਿਰਫ ਇੰਨਾ ਕੀ ਕਰ ਪਾਈ ਜਿਹੜੇ ਕਿਉਂਕਿ ਕੱਪੜੇ ਧੋ ਰਹੀ ਆ ਨਾਲੋਂ ਨਾਲ ਮੈਂ ਸੋਚਿਆ ਵੀ ਇੱਧਰ ਹੀ ਕਰ ਦਵਾਂ ਤੇ ਇੱਕ ਇੱਕ ਇਹ ਵਾਲਾ ਵੀ ਇਹ ਵਾਲਾ ਪੋਰਸ਼ਨ ਵੀ ਆ ਇਹਦੇ ਚ ਗਿਰਨ ਨੇ ਕੀ ਕੀਤਾ ਜਰਾਬਾਂ ਆਏ ਜਰਾਬਾਂ ਉਹ ਤੁਹਾਡੀ ਦੀ ਇਹ ਨਹੀਂ ਮੈਂ ਦੇਖਿਆ ਮੇਰੇ ਕੱਛੇ ਵੀ ਸਜਾ ਕੇ ਰੱਖੇ ਹੋਏ ਨੇ ਚੂਜ਼ ਕਰੇਗਾ ਜੂਣਾ ਅੱਜ ਕੌਣ ਸਾ ਕੱਛਾ ਪਾਉਂ ਹੈਂ ਕਿਹੜਾ ਕੱਛਾ ਚੂਜ਼ ਕਰਾਂ ਕਮਾਲ ਹੈ ਯਾਰ ਤੁਹਾਡੀ ਆ ਨਹੀਂ ਮੈਂ ਚੀਜ਼ ਨੋਟ ਕੀਤੀ ਪੱਗਾਂ ਤੁਹਾਡੀਆਂ ਮੈਂ ਸੈਪਰੇਟ ਕਰ ਦਿੱਤੀਆਂ ਵਾ ਪਰਨੇ ਤੁਹਾਡੇ ਮੈਂ ਸੈਪਰੇਟ ਕਰਤੇ ਫਿਰ ਲੱਭਣੇ ਆ ਪੱਗਾਂ ਵੇਖੋ ਕਿਵੇਂ ਤੁੰਨੀਆਂ ਨੇ ਕਲਰ ਵੈਸੇ ਆ ਤਰੀਕਾ ਵਧੀਆ ਚੂਜ਼ ਕੀਤਾ ਤੁਸੀਂ ਯਾਰ ਕਿਉਂਕਿ ਪਹਿਲਾਂ ਅਸੀਂ ਇੱਕੋ ਅਲਮੀਰਾ ਵਿੱਚ ਇੰਨਾ ਸਮਾਨ ਵਾੜਦੇ ਹੁੰਦੇ ਸੀ ਐਵੇਂ ਤਾਂ ਝੂਠ ਬੋਲੀਏ ਕੱਪੜੇ ਸਾਰੇ ਉਧਰ ਵਾੜਦੇ ਇੱਕ ਜਿਹੜੀ ਇਧਰਲੇ ਰੂਮ ਚ ਅਲਮੀਰਾ ਸੀ ਇੱਧਰ ਕੰਬਲ ਕੁੰਬਲ ਪੱਗਾਂ ਪੁੱਗਾਂ ਇੱਧਰ ਵਾੜਦੇ ਹੁੰਦੇ ਇੱਦਾਂ ਹੀ ਸਮਾਨ ਤੁੰਨਿਆ ਹੁੰਦਾ ਸੀ ਸੋ ਹੁਣ ਆਪਾਂ ਆਰਗੇਨਾਈਜ਼ ਕਰਕੇ ਸਾਰੀਆਂ ਚੀਜ਼ਾਂ ਨੂੰ ਰੱਖਾਂਗੇ ਜਦੋਂ ਅਲਮੀਰਾ ਬਣਾਉਣੀ ਹੈ ਮੈਂ ਯੂਟਿਊਬ ਤੇ ਜਾਂ ਹਰ ਇੱਕ ਥਾਵਾਂ ਤੇ ਨਾ ਸਰਚ ਕਰਕੇ ਮੈਂ ਉਹ ਚੀਜ਼ ਨੂੰ ਵੇਖਿਆ ਸੀ ਵੈਸੇ ਮੈਂ ਅੰਕਲ ਨੂੰ ਕਿਹਾ ਸੀ ਵੀ ਇਹਦੇ ਵਿੱਚ ਵੀ ਇੱਕ ਸਲੈਬ ਪਾ ਦਿਓ ਥੱਲੇ ਹਾਂ ਕਿਉਂਕਿ ਦੋ ਪੋਰਸ਼ਨ ਅਲੱਗ ਅਲੱਗ ਹੋ ਜਾਣਗੇ ਅੰਕਲ ਭੁੱਲ ਗਏ ਪਾਣੀ ਇਸ ਦੇ ਵਿੱਚ ਮਤਲਬ ਕੋਈ ਵੱਡਾ ਸਮਾਨ ਰੱਖ ਸਕਦੇ ਆ ਔਰ ਆਹ ਜਿਹੜੇ
ਜਿੰਨਾ ਮਰਜ਼ੀ ਸਟੋਰੇਜ ਰੱਖੀ ਜੋ ਇੱਥੇ ਹੈਂਗਰ ਤੇ ਆਪਣੀ ਸ਼ਰਟਸ ਵਗੈਰਾ ਟੰਗ ਲਾਵਾਂਗੇ ਆਹ ਥੱਲੇ ਆਰਗੇਨਾਈਜ਼ਰ ਬਾਕਸ ਹੈਗਾ ਕਿਰਨ ਦੇ ਮੰਗਵਾਏ ਨੇ ਪਤਾ ਨਹੀਂ ਕਿਉਂ ਮੈਨੂੰ ਸਮਝ ਨਹੀਂ ਆਉਂਦੀ ਇਧਰੋਂ ਬਣਿਆ ਹੋਇਆ ਨਾ ਬਾਕਸ ਬਣੇ ਇਧਰਲਾ ਪੋਰਸ਼ਨ ਵੀ ਸੇਮ ਆ ਥੋੜਾ ਜਿਹਾ ਖੋਲਿਓ ਥੋੜਾ ਜਿਹਾ दिमाग लगाया पिछे इना दिमाग लगाया फिर जाके पूरी हुई है क्योंकि अस सोच रहे की किया जाए वास्ते चलो आ दिखाई देने तो है की चीज क्योंकि ड्रेसिंग टेबल आखो किन्नी सोहनी चीज बन के आई है सामने क्या बातां जी क्या बातां दिमागो दिमागी हो रहा काम पूरा हेलो मिस किरण कैसे हो शली खा लो ते आ ए ड्रेसिंग टेबल खोल के दिखाओ मैं दिखानी है क्योंकि रूम च स्पेस घट होण करके सानू ड्रेसिंग टेबल दी भी बंदे नु नीड हुंदी है क्योंकि तैयार होना हुंदा चुप्पी ने पग बननी है या मान लो मैं तैयार होना ते असि इनु विच ही बना लिया हां ते एक चीज दी खासियत मैं तुहानू दसना चाहना आ तुसी देख सकदे हो अलमारी जेकर आपां ड्रेसिंग टेबल पहला सोच रहे सी एक इस साइड बनवा लीए अलमारियां इधर शिफ्ट कर दी विच ही बनवा लीए फिर ना साड़ी स्टोरेज घट रही सी क्योंकि ड्रेसिंग टेबल चौड़ा हुंदा ज़्यादा चौड़ा होने करके ना साड़ी इन्नी स्पेस कवर हो जानी सी ते घट जानी सी फिर ना असी एक कुछ साडा आप दा तैयार कीता डिजाइन हीगा कुछ यूट्यूब दे उपर कुछ बड़ी वीडियोज देख रहे सी भी ड्रेसिंग टेबल किवें होना चाहिए अलमारी एक ना मैं छोटी जी वीडियो देखी उहदे च बंदे ने एवें कढ़ी और सेम साडी अलमीरा दे डिमेंशनस दे नाल मैच कर रहे सी फिर असी अपने कारपेंटर भाई साहब नूं कहा भी इदां दा तुसी डिजाइन करो इहदे च अलमीरा इदां स्लाइडर हो जाए जिहड़े विच भी वड़ जाए बाहर भी आ जाए आराम नाल तैयार हो जाए ਹੁਣ ਤੁਸੀਂ ਦਿਖਾਓ ਕਿਰਨ ਇਹਦੇ ਅੰਦਰ ਕੀ ਹੋਰ ਕੁਝ ਹੈਗਾ ਡਰੈਸਿੰਗ ਟੇਬਲ ਦੇ ਅੰਦਰ ਇਹਦੇ ਅੰਦਰ ਉਹੀ ਹੈ ਜੋ ਡਰੈਸਿੰਗ ਟੇਬਲ ਦੇ ਵਿੱਚ ਨੀਡਸ ਹੁੰਦੀਆਂ ਨੇ ਚੀਜ਼ਾਂ ਕਰੀਮਾ ਕਰੂਮਾ ਆਪਣੀਆਂ ਰੱਖਣੀਆਂ ਆ ਖੁੱਲ ਵੀ ਜਾਂਦਾ ਦੋਸਤੋ ਹਾਂ ਇਦਾਂ ਇਹਨੂੰ ਅਸੀਂ ਕਰ ਲਿਆ ਆ ਦੇਖੋ ਖਲਾਰਾ ਕਿੰਨਾ ਪਾ ਛੱਡਿਆ ਜੀ ਹਾਂ ਖਲਾਰਾ ਤਾਂ ਨਹੀਂ ਹੈਗਾ ਵਿੱਚ ਨਾ ਮੈਨੂੰ ਚੈੱਕ ਕਰ ਲਾਂ ਤੋ ਪਹਿਲਾਂ ਬਹੁਤ ਜ਼ਿਆਦਾ ਖਲਾਰਾ ਹੈ ਠੀਕ ਆ ਇਹ ਆ ਵੇਖ ਲਓ ਕਿੰਨੀ ਸਟੋਰੇਜ ਹੈ ਕਿੰਨੀ ਸਟੋਰੇਜ ਉਹ ਆਪਣੇ ਜਿਹੜਾ ਉਹ ਵੱਡਾ ਡਰੈਸਿੰਗ ਟੇਬਲ ਉਹਦੇ ਵਿੱਚ ਵੀ ਇੰਨੀ ਸਟੋਰੇਜ ਹੈ ਨਹੀਂਗੀ ਜਿੰਨੀ ਇਹਦੇ ਵਿੱਚ ਆਪਾਂ ਦਾ ਉੱਪਰ ਕਰੀਮਾ ਕਰੂਮਾ ਪਰਫਿਊਮਸ ਵਗੈਰਾ ਹੋਰ ਛੋਟਾ ਮੋਟਾ ਕਿਰਨ ਦਾ ਪਤਾ ਨਹੀਂ ਕੀ ਲੱਲੇ ਪੱਪੇ ਲੱਲੇ ਪੱਪੇ ਹੋ ਗਏ ਹੋਰ ਕੀ ਕਰ ਦੋ ਬੰਦ ਹੋ ਜਾ ਸਿਮ ਸਿਮ ਇਹ ਬੰਦ ਹੋ ਗਿਆ ਤੇ ਇਹਨੂੰ ਆਪਾਂ ਹੁਣ ਅੰਦਰ ਕਰ ਦਿੰਦੇ ਬੜੇ ਆਰਾਮ ਦੇ ਨਾਲ ਇਹ ਅੰਦਰ ਚਲਾ ਗਿਆ पैर झाड़न वाला भी कॉम्बिनेशन का लेके आंदा ਸੱਚੀ ਦੋਸਤੋ ਸਾਨੂੰ ਆਪਣਾ ਇਹ ਨਵੀਂ ਜੀ ਚੀਜ਼ ਸਾਨੂੰ ਬੜੀ ਪਸੰਦ ਆਈ ਕਿਉਂਕਿ ਸਾਨੂੰ ਬੜੀ ਖੁਸ਼ੀਆਂ ਨਾਲ ਇਹ ਅਲਮਾਰੀਆਂ ਬਣਵਾਈਆਂ ਨੇ ਅਸੀਂ ਔਰ ਟੂ ਬੀ ਵੈਰੀ ਓਨੈਸਟ ਅਲਮਾਰੀਆਂ ਦੇ ਉੱਪਰ ਖਰਚਾ ਸਾਡਾ ਜਿੰਨਾ ਐਸਟੀਮੇਟ ਸੋਚਿਆ ਸੀ ਉਸ ਤੋਂ ਡਬਲ ਲੱਗਿਆ ਮੈਂ 70,000 ਰੁਪਏ 'ਚ ਦੋ ਅਲਮਾਰੀਆਂ ਸੋਚੀਆਂ ਸੀ ਬਣ ਜਾਣਗੀਆਂ ਕਿਉਂਕਿ ਲੇਬਰ ਵੀ ਬਹੁਤ ਮਹਿੰਗੀ ਹੋਈ ਪਈ ਹੈ ਬਣਾਉਣ ਦੀ ਸਮਾਨ ਬਹੁਤ ਮਹਿੰਗਾ ਹੋ ਗਿਆ ਮਹਿੰਗੀ ਆਈ ਤਾਂ ਫਿਰ ਤੁਹਾਨੂੰ ਪਤਾ ਹੀ ਹੁਣ ਦਿਨੋਂ ਦਿਨ ਵੱਧਦੀ ਹੈ ਆਪਾਂ ਪਹਿਲਾਂ ਦੇ ਐਸਟੀਮੇਟ ਨਾਲ ਸੋਚ ਲਿਆ ਸੀ ਪਰ ਹੁਣ ਟਾਈਮ ਟੂ ਟਾਈਮ ਮਹਿੰਗਾਈ ਵੀ ਤਾਂ ਵੱਧਦੀ ਹੈ ਨਾ ਐਗਜੈਕਟਲੀ ਜੇ ਮੈਂ ਥੋੜਾ ਜਿਹਾ ਹਿੰਟ ਦੇ ਦਵਾਂ ਦੋਸਤੋ ਤੁਹਾਨੂੰ ਇਹ ਅਲਮਾਰੀਆਂ ਦਾ ਵਿਦ ਲੇਬਰ ਵਿਦ ਸਾਰਾ ਸਮਾਨ ਕੰਪਲੀਟ ਬਣ ਕੇ ਇਹ ਸਾਨੂੰ 1,25,000-30,000 ਦੇ ਵਿੱਚ ਅਲਮਾਰੀਆਂ ਪਈਆਂ ਨੇ ਦੋਨਾਂ ਕਮਰਿਆਂ ਦੀਆਂ ਤੇ ਉਹਦੇ ਵਿੱਚ ਹੀ ਮੇਰਾ ਉਹ ਟੇਬਲ ਸਟੂਡੀਓ ਵਾਲਾ ਟੇਬਲ ਵੀ ਵਿੱਚ ਹੀ ਹੈ ਜਿਹੜਾ ਸਟੂਡੀਓ ਦਾ ਟੇਬਲ ਬਣਾ ਉਹ ਵੀ ਵਿੱਚ ਹੀ ਆ ਗਿਆ ਹਨਾ ਤੇ ਆਹ ਜਿਹੜੇ ਮੈਟ ਦੀ ਗੱਲ ਕਰਾਂ ਜਿਹੜਾ ਮੈਂ ਥੱਲੇ ਲਵਾਇਆ ਹੋਇਆ ਆਹ ਜਿਹੜਾ ਤੁਸੀਂ ਮੈਟ ਦੇਖ ਰਹੇ ਹੋ ਇਹ ਤਿੰਨ ਕਮਰਿਆਂ ਦਾ ਤਿੰਨੋਂ ਸਟੂਡੀਓ ਦਾ ਬੈਡਰੂਮ ਦੋਨੋਂ ਬੈਡਰੂਮਸ ਦਾ ਇਹ 1.5 mm ਮੋਟਾ ਸਾਈਜ਼ ਹੈ ਬਹੁਤ ਮੋਟਾ ਹੈਗਾ ਇਹ ਪਤਲੇ ਪਤਲੇ ਪਹਿਲ ਆਉਂਦੇ ਹੁੰਦੇ ਨੇ ਕੋਈ ਉਹ ਨਹੀਂ ਗਾ ਇਹ ਸਭ ਤੋਂ ਮੋਟੀ ਥਿਕਨੈਸ ਵਾਲਾ ਜੋ ਦੁਕਾਨ ਕੋਲ ਪਿਆ ਸੀ ਮੈਂ ਉਹ ਲੈ ਕੇ ਆਉਂਦਾ
ਤੇ ਇਹ ਮੈਨੂੰ ਪਿਆ 40 ਰੁਪਏ ਸਕੁਅਰ ਫਿੱਟ ਤੇ ਮੇਰਾ ਇਹ ਪੈ ਗਿਆ ਜੀ ਘੱਟੋ ਘੱਟ 400 ਸਕੁਅਰ ਫਿੱਟ ਮਤਲਬ 16,000 ਰੁਪਏ ਦੇ ਮੇਰੇ ਵਿਦ ਲਵਾਈ ਲਵੂਈ ਸਾਰਾ ਕੰਪਲੀਟ ਇਹ ਤਿੰਨੋਂ ਕਮਰਿਆਂ ਦੇ ਮੈਟ ਪਏ ਨੇ ਮੇਰੇ ਹਨਾ ਤੇ ਮੈਂ ਸ਼ੀਸ਼ਿਆਂ ਦੀ ਤੁਹਾਨੂੰ ਗੱਲ ਦੱਸੀ ਸੀ ਸ਼ੀਸ਼ੇ ਜਿਹੜੇ ਮੈਂ ਇੱਕ ਆਹ ਹੋ ਗਿਆ ਵੱਡਾ ਸ਼ੀਸ਼ਾ ਇੱਕ ਬਾਲਕਨੀ ਵਾਲਾ ਹੋ ਗਿਆ ਵੱਡਾ ਸ਼ੀਸ਼ਾ ਦੋ ਉਹ ਅਲਮਾਰੀਆਂ ਦੇ ਸ਼ੀਸ਼ੇ ਤੇ ਕਿ ਡਰੈਸਿੰਗ ਟੇਬਲ ਦੇ ਸ਼ੀਸ਼ੇ ਇਹ ਸਾਰੇ ਸ਼ੀਸ਼ੇ ਵਿਦ ਲਵਾਈ ਉੱਪਰ ਚੜਾ ਕੇ ਕੰਪਲੀਟ ਦੋ ਇਹ 24-25,000 ਰੁਪਏ ਦੇ ਪੈ ਗਏ 22,000-21,000 ਦੇ ਨਾ ਸ਼ੀਸ਼ੇ ਪਏ ਨੇ ਬਾਕੀ ਉਹਨਾਂ ਦੀ ਜਿਹੜੀ ਛੋਟਾ ਮੋਟਾ ਹੋਰ ਸਿਲੀਕੋਨ ਸੁਲੀਕਨ ਲੱਗਣੀਆਂ ਸੀ 24,000 ਰੁਪਏ ਦੇ ਵਿੱਚ ਮੈਨੂੰ ਇਹ ਚੀਜ਼ਾਂ ਪੈ ਗਈਆਂ ਨੇ ਤੇ ਹੁਣ ਹੈਪੀ ਹੋ ਮੈਡਮ ਜੀ ਮੈਂ ਤਾਂ ਬਹੁਤ ਜ਼ਿਆਦਾ ਹੈਪੀ ਹਾਂ ਕਿਉਂਕਿ ਬਹੁਤ ਸੋਹਣਾ ਘਰ ਬਣ ਗਿਆ ਹੁਣ ਦੋਨੋਂ ਰੂਮ ਬਹੁਤ ਵਧੀਆ ਤਿਆਰ ਹੋ ਗਏ ਨੇ ਚਲੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਉਹੀ ਗੱਲ ਨਾ ਜਿਵੇਂ ਕਿਸੇ ਨੇ ਕਮੈਂਟ ਕੀਤਾ ਸੀ ਜਿਵੇਂ ਅਸੀਂ ਖਲਾਰੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਤੇ ਖਲਾਰਾ ਸੱਚੀ ਮਚਿਆ ਹੀ ਬਹੁਤ ਜ਼ਿਆਦਾ ਇਸ ਵਾਰ ਨਾ ਘਰ ਦੇ ਵਿੱਚ ਮਿੱਟੀ ਮਿੱਟੀ ਹੋਈ ਪਈ ਪਰ ਉਹੀ ਕਿਸੇ ਨੇ ਕਮੈਂਟ ਕੀਤਾ ਸੀ ਕਿ ਕੋਈ ਗੱਲ ਨਹੀਂ ਥੋੜ੍ਹਾ ਚਿਰ ਸਬਰ ਕਰ ਲਓ ਉਸ ਤੋਂ ਬਾਅਦ ਜਿਹੜਾ ਨਜ਼ਾਰਾ ਆਉਂਦਾ ਉਹ ਗੱਲ ਉਹਦਾ ਨਜ਼ਾਰਾ ਤੁਹਾਨੂੰ ਬਾਅਦ 'ਚ ਪਤਾ ਲੱਗੂਗਾ ਵੀ ਕਿਵੇਂ ਦਾ ਨਜ਼ਾਰਾ ਆਉਂਦਾ ਉਹ ਗੱਲ ਸਹੀ ਗੱਲ ਆ ਹੁਣ ਜਿਹੜੀ ਉਹ ਘਰ ਨੂੰ ਆਇਆ ਬਿਲਕੁਲ ਸਾਫ ਕਲੀਨਿੰਗ ਕਰਕੇ ਇੱਕ ਜਿਹੜੀ ਫੀਲਿੰਗ ਆਉਂਦੀ ਆ ਨਾ ਉਹ ਬਹੁਤ ਔਸਮ ਫੀਲਿੰਗ ਆ ਸਹੀ ਗੱਲ ਹੈ ਹੁਣ ਕਿਰਨ ਕਹਿੰਦੇ ਇਸ ਕਮਰੇ 'ਚ ਆਪਾਂ ਟੀਵੀ ਵੱਡਾ ਲਾਉਣਾ ਤੇ ਮੈਂ ਇੱਕ ਇਹ ਚੀਜ਼ ਸੋਚੀਏ ਜਿਹੜਾ ਇਸ ਕਮਰੇ 'ਚ 32 ਇੰਚ ਦਾ ਟੀਵੀ ਲੱਗਿਆ ਉਹ ਇੱਧਰ ਲਾ ਲਾਂਗੇ ਤੇ ਫਿਰ ਕਦੇ ਫਿਊਚਰ ਵਿੱਚ ਹਲੇ ਨਹੀਂ ਉਸ ਕਮਰੇ ਵਾਸਤੇ ਵੱਡਾ ਟੀਵੀ ਲਿਆਵਾਂਗੇ ਹਨਾ ਕਿਉਂਕਿ ਆਪਾਂ ਹੁਣ ਇਸ ਕਮਰੇ 'ਚ ਜ਼ਿਆਦਾ ਰਵਾਂਗੇ ਉੱਧਰ ਘੱਟ ਰਵਾਂਗੇ ਇਹ ਕਮਰਾ ਹੁਣ ਅਸੀਂ ਯੂਜ਼ ਕਰਾਂਗੇ ਪਹਿਲਾਂ ਉਹ ਯੂਜ਼ ਕਰਦੇ ਹੁੰਦੇ ਸੀ ਤੇ ਆਹ ਜਿਹੜਾ ਬੈੱਡ ਦੇਖ ਰਹੇ ਹੋ ਤੁਸੀਂ ਪਿੱਛੇ ਬੈੱਡ ਤਾਂ ਤੁਸੀਂ ਦੇਖ ਲਿਆ ਬੈੱਡ ਵੈਸੇ ਇਹ ਵਾਲਾ ਬੈੱਡ ਦੋਸਤੋ 12,500 ਰੁਪਏ ਦਾ ਆਉਂਦਾ ਮੈਂ ਇਹਦੇ ਬਾਰੇ ਵੀ ਤੁਹਾਨੂੰ ਦੱਸ ਦੇਵਾਂ ਬੈੱਡ ਬਹੁਤ ਸਸਤਾ ਹੈ ਆਹ ਵਾਲਾ ਬੈੱਡ ਦੋਸਤੋ ਵੈਸੇ 12,500 ਦਾ ਆਉਂਦਾ ਲੇਕਿਨ ਅਸੀਂ ਕੱਪੜਾ ਆਪਣੀ ਮਰਜ਼ੀ ਦਾ ਚੁਆਇਸ ਕੀਤਾ ਜਿਵੇਂ ਇਹ ਕੰਬੀਨੇਸ਼ਨ ਨੀਅਰ ਅਬਾਊਟ ਆ ਜਾਵੇ ਤੇ ਉਹਨਾਂ ਨੇ 1,000 ਰੁਪਇਆ ਐਕਸਟਰਾ ਲਿੱਤਾ ਇਹ 13,500 ਰੁਪਏ ਦਾ ਸਾਨੂੰ ਬੈੱਡ ਪਿਆ ਇਹ ਬਹੁਤ ਸੋਲਿਡ ਹੈ ਇਹਦੇ ਥੱਲੇ ਵੀ ਮੋਟੀ ਉਹ ਲੱਗੀ ਹੋਈ ਹੈ 19 mm ਦੀ ਪਲਾਈ ਤੇ ਉੱਪਰ ਜਿਹੜਾ ਖੋਲਣ ਵਾਲਾ ਬੋਕਸ ਹੁੰਦਾ ਉਹ ਵੀ ਪਲਾਈ ਹੈ ਵਧੀਆ ਲੱਗਿਆ ਹੋਇਆ ਹਨਾ ਆਹ ਜਿਹੜੀਆਂ ਸੈਟੀਆਂ ਦੇਖ ਰਹੇ ਹੋ ਦੋ ਇਹ ਅਲੱਗ ਲਿੱਤੀਆਂ ਨੇ ਅਸੀਂ ਬੈੱਡ ਦੇ ਨਾਲ ਨਹੀਂ ਲਿੱਤੀਆਂ ਕਿਉਂਕਿ ਇਹਦੇ ਨਾਲ ਵਾਈਟ ਕੰਬੀਨੇਸ਼ਨ ਬਣਾਉਣਾ ਸੀ ਤਾਂ ਲਿੱਤੀਆਂ ਨੇ ਇਹ ਦੋ ਇਹ ਸੈਟੀਆਂ ਦਾ ਇੱਕ ਕਮਰੇ ਵਾਲੀ ਉਹ ਸੈਟੀ ਸਾਨੂੰ ਪਈ ਹੈ 6,500 ਦੀ 6,500 ਰੁਪਏ ਦੀਆਂ ਤਿੰਨ ਸੈਟੀਆਂ ਪਈਆਂ ਸਾਨੂੰ ਮਤਲਬ ਇਹ ਸਮਾਨ ਸਸਤਾ ਪਿਆ ਸਾਨੂੰ ਬੈੱਡ ਤੇ ਸੈਟੀਆਂ ਜੇ ਮੈਂ ਦੋਨੋਂ ਦੇਖਾਂ ਤਾਂ 13,500 ਤੇ ਹਾਂ ਇਹ ਪੂਰਾ 20,000 ਰੁਪਏ 'ਚ ਪੈ ਗਈਆਂ ਸਾਰੀਆਂ ਤਿੰਨੋਂ ਸੈਟੀਆਂ ਤੇ ਬੈੱਡ ਤੇ ਗੱਦਾ ਤਕਰੀਬਨ 11,000 ਰੁਪਏ ਦਾ ਗੱਦਾ ਪਿਆ ਉਹੀ ਗੱਲ ਹੈ ਨਾ ਜਿਵੇਂ ਹੁਣ ਸਾਨੂੰ ਇਹ ਸੈਟੀਆਂ ਸਸਤੀਆਂ ਪਈਆਂ ਵਾ ਤੇ ਜੇ ਅਸੀਂ ਇਹਦੇ ਬਣੀਆਂ ਬਣਾਈਆਂ ਅਲਮੀਰਾ ਲੈ ਆਉਂਦੇ ਉਹ ਬੜੀਆਂ ਸਸਤੀਆਂ ਪੈਣੀਆਂ ਕਿਉਂਕਿ ਉਹ ਕੱਲਾ ਬੋਰਡ ਹੀ ਹੁੰਦਾ ਵਾ ਹਾਂ ਜਿਵੇਂ ਉਹ ਸ਼ੂ ਰੈਕ ਵਾਲਾ ਬੋਰਡ ਹੈ ਨਾ ਸੇਮ ਉਦਾਂ ਹੀ ਹੁੰਦਾ ਉਹ ਹਲਕਾ ਹੁੰਦਾ ਤੇ ਆਹ ਪੂਰੀ ਸੋਲਿਡ ਅਲਮੀਰਾ ਫੁੱਲ ਸੋਲਿਡ ਅਲਮੀਰਾ ਜੇ ਉਹਦੇ 'ਚ ਰੈਕ ਲਵਾ ਲਈਏ ਨਾ ਡਰੈਸਿੰਗ ਟੇਬਲ ਵਾਲਾ ਇਹ ਇਕੱਲਾ ਹੀ ਡਰੈਸਿੰਗ ਟੇਬਲ ਇੰਨਾ ਭਾਰੀ ਨਾ ਖਿੱਚੀਏ ਤਾਂ ਉਹ ਵਾਲੀ ਅਲਮੀਰਾ ਤਾਂ ਡਿੱਗ ਜਾਣੀ ਸੀ ਜਿੰਨਾ ਭਾਰੀ ਇਹਦੇ ਵਿੱਚ ਇਕੱਲਾ ਰੈਕ ਹੀ ਲੱਗਾ ਬਹੁਤ ਭਾਰੀ ਅਲਮੀਰਾ ਮਤਲਬ ਪੂਰਾ ਫੁੱਲ ਸੋਲਿਡ ਬਣੀ ਹੈ ਔਰ ਉੱਪਰ ਵਾਲੀ ਸਾਈਡ ਦੇ ਨਾ ਇੰਨਾ ਜ਼ਿਆਦਾ ਗੈਪ ਰੱਖਿਆ ਹੋਇਆ ਵਾ ਉਹ ਲਾਈਆਂ ਹੋਈਆਂ ਨੇ ਕਿ ਕੀ ਲਾਇਆ ਹੋਇਆ ਵਾ ਪਲਾਸਟਿਕ ਵਫਲ ਵੋ ਕੁਛ ਲਗਾਏ ਨੇ ਅਸੀਂ ਛੱਤ ਨਾਲ ਨਾ ਗੈਪ ਰੱਖਿਆ ਉੱਪਰ ਵੀ ਪਿੱਛੇ ਵੀ ਸਾਈਡਾਂ ਦੇ ਵੀ ਤੇ ਥੱਲੇ ਪਾਵੇ ਤਾਂ ਕਿ ਇਹ ਕਿਸੇ ਵੀ ਦੀਵਾਰ ਨਾਲ ਟੱਚ ਨਾ ਕਰ ਸਕੇ ਜਿੱਥੋਂ ਸਲਾਬ ਚੜ ਕੇ ਸਿਉਂਕ ਆ ਸਕੇ ਹੁਣ ਗੱਦਾ ਸਾਡਾ 20 ਤਰੀਕ ਨੂੰ ਆ ਜਾਣਾ ਹੈ ਤੇ ਅੱਜ ਹੁਣ ਬਾਹਰ ਆ ਜਾਓ ਕਿਨੂੰ ਤੇ ਆਹ ਜਿਹੜੇ ਸਾਡੇ ਸੋਫੇ ਨੇ ਇਹ ਵੀ ਵਿਚਾਰੇ ਹੁਣ ਚਲੇ ਜਾਣਗੇ ਹੁਣ ਜਦੋਂ ਸਾਡੇ ਸੋਫੇ ਆ ਜਾਣਗੇ ਫਿਰ ਤੁਹਾਨੂੰ ਇੱਕ ਵਾਰੀ ਘਰ ਦਾ ਪੂਰਾ ਹਾਊਸ ਟੂਰ ਦਾਂਗੇ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਅੱਜ ਦਾ ਸਾਡਾ ਵਲੋਗ ਬਹੁਤ ਵਧੀਆ ਲੱਗਿਆ ਹੋਣਾ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਕੇ ਤੇ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਅਸੀਂ ਬਹੁਤ ਘੱਟ ਬੋਲਦੇ ਹਾਂ ਅੱਜ ਪਤਾ ਨਹੀਂ ਕਿਵੇਂ ਮੇਰੇ ਮੂੰਹ ਤੋਂ ਨਿਕਲ ਗਿਆ ਹਾਊਸ ਟੂਰ ਆਪਾਂ ਨਾ ਤੁਹਾਨੂੰ ਚੰਗੀ ਤਰ੍ਹਾਂ ਕੰਪਲੀਟ ਕਰਕੇ ਦਵਾਂਗੇ ਜਦੋਂ ਸੋਫੇ ਲੱਗ ਗਏ ਜਾਂ ਇੱਕ ਅਸੀਂ ਹੋਰ ਛੋਟੀ ਜਿਹੀ ਚੀਜ਼ ਲਵਾਉਣੀ ਹੈ ਤੇ ਉਹ ਖੈਰ ਉਹ ਖਿਲਾਰੇ ਵਾਲੀ ਨਹੀਂ ਗੀ ਉਹ ਸਿੰਪਲ ਜਿਹੀਆਂ ਚੀਜ਼ਾਂ ਨੇ ਕੁਛ ਬਾਏ ਵਗੈਰਾ ਕਰਨਾ ਛੋਟਾ ਛੋਟਾ ਸਮਾਨ ਦੀਵਾਲੀ ਤੱਕ ਤੇ ਹੋਪਫੁਲੀ ਜਲਦੀ ਕਰ ਦਾਂਗੇ ਫਿਰ ਤੁਹਾਨੂੰ ਦਵਾਂਗੇ ਹਾਊਸ ਟੂਰ ਇਕੱਠਾ ਤੇ ਉਦੋਂ ਤੱਕ ਹੁਣ ਸਾਨੂੰ ਦਿਓ ਇਜਾਜ਼ਤ ਮਿਲਦੇ ਕੱਲ੍ਹ ਤੁਹਾਨੂੰ ਇੱਕ ਨਵੇਂ ਵਲੋਗ ਵਿੱਚ ਬਾਏ ਬਾਏ।